ਅਸਲਾਮ ਵਾਲੇਕੁਮ, ਵੈਲਕਮ ਤੁਹਾਨੂੰ ਸਾਰਿਆਂ ਨੂੰ ਮੇਰੇ ਚੈਨਲ ਮਿਰਚੀ ਟੇਸਟ ਆਫ ਫੂਡ 'ਚ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ। ਅੱਜ ਮੈਂ ਆਪਣੇ ਚੈਨਲ ਤੋਂ ਨਾ ਤੁਹਾਡੇ ਲਈ ਬੜੀ ਹੀ ਟੇਸਟੀ ਮਜ਼ੇ ਦੀ ਰੈਸਿਪੀ ਲੈ ਕੇ ਆਈ ਹਾਂ। ਮੈਂ ਕਿਹਾ ਯੂਟਿਊਬ ਫੈਮਿਲੀ ਦੇ ਨਾਲ ਨਾ ਅੱਜ ਮੈਂ ਖਾਸ ਕਰਕੇ ਮਦਰਸ ਜਿਹੜੀਆਂ ਬੱਚਿਆਂ ਲਈ ਰੋਜ਼ ਹੀ ਫਰਾਈਜ਼ ਬਣਾਉਂਦੀਆਂ ਆ, ਅਤੇ ਬੱਚੇ ਜਿਹੜੇ ਨਾ ਰੋਜ਼ ਹੀ ਫਰਾਈਜ਼ ਖਾਂਦੇ ਆ, ਤਾਂ ਉਹਨਾਂ ਨੂੰ ਬੜੇ ਸ਼ੌਕ ਹੁੰਦਾ ਆ, ਅਤੇ ਬੜੇ ਸ਼ੌਕ ਦੇ ਨਾਲ ਬੱਚੇ ਫਰਾਈਜ਼ ਖਾ ਲੈਂਦੇ ਆ। ਅਤੇ ਅੱਜ ਮੈਂ ਉਹਨਾਂ ਮੀਆਂ ਲਈ ਜਿਹੜੇ ਨਾ ਬੜੀ ਟੇਸਟੀ ਔਰ ਮਜ਼ੇ ਦੀ ਔਰ ਝਟਪਟ ਤਿਆਰ ਹੋਣੇ ਵਾਲੀ ਜਿਹੜੀ ਆ ਨਾ ਰੈਸਿਪੀ ਲੈ ਕੇ ਆਈ ਹਾਂ। ਕ੍ਰਿਸਪੀ ਬਾਈਟ ਦੀ ਰੈਸਿਪੀ ਆ, ਅਤੇ ਇਹਦਾ ਨਾਮ ਡਿਸ਼ ਦਾ ਜਿਹੜਾ ਨਾ ਕ੍ਰਿਸਪੀ ਬਾਈਟ ਆ, ਅਤੇ ਮੈਂ ਇਹਦੀ ਰੈਸਿਪੀ ਤੁਹਾਡੇ ਨਾਲ ਸਟੈਪ ਬਾਏ ਸਟੈਪ ਸ਼ੇਅਰ ਕਰਾਂਗੀ। ਪਹਿਲੇ ਅਸੀਂ ਚੀਜ਼ਾਂ ਦੇਖ ਲੈਂਦੇ ਹਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਯੂਜ਼ ਹੋਈਆਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਔਰ ਸਭ ਤੋਂ ਪਹਿਲੇ ਜਿਹੜਾ ਨਾ ਆਲੂ ਲੈਣੇ ਆ, ਆਲੂ ਹਾਫ ਕੇ ਜੀ ਆਲੂ ਲਏ ਅਸੀਂ ਲੈ ਕੇ, ਅਤੇ ਉਹਨਾਂ ਨੂੰ ਮੈਂ ਕਿਊਬ ਸ਼ੇਪ ਦੇ ਵਿੱਚ ਕੱਟ ਕੇ, ਅਤੇ ਨਮਕ ਵਾਲੇ ਪਾਣੀ ਦੇ ਵਿੱਚ ਇਹਨਾਂ ਨੂੰ ਜਿਹੜਾ ਨਾ ਮੈਂ ਡਿਪ ਕਰ ਦਿੱਤਾ ਸੀ। ਥੋੜ੍ਹੀ ਦੇਰ ਠੰਡੇ ਪਾਣੀ ਦੇ ਵਿੱਚ ਨਮਕ ਡਾਲ ਕੇ, ਅਤੇ ਤੁਸੀਂ ਇਹਨਾਂ ਨੂੰ ਡਿਪ ਕਰਨਾ ਹੈ ਥੋੜ੍ਹੀ ਦੇਰ, ਔਰ ਉਸ ਤੋਂ ਬਾਅਦ ਆਇਲ ਜਿਹੜਾ ਮੈਂ ਪਹਿਲੇ ਹੀ ਪੈਨ ਦੇ ਵਿੱਚ ਡਾਲ ਕੇ, ਅਤੇ ਉਹਨੂੰ ਮੈਂ ਥੋੜ੍ਹਾ ਗਰਮ ਕਰ ਲਿਆ ਸੀਗਾ ਹਾਈ ਫਲੇਮ 'ਤੇ, ਅਤੇ ਫਿਰ ਮੈਂ ਫਲੇਮ ਥੋੜ੍ਹੀ ਲੋਅ ਕਰ ਦਿੱਤੀ ਕਰਕੇ, ਅਤੇ ਇਹਨਾਂ ਨੂੰ ਜਿਹੜਾ ਨਾ ਮੈਂ ਆਲੂਆਂ ਨੂੰ ਫਰਾਈ ਕਰ ਲਾਂਗੀ। ਬਿਲਕੁਲ ਜਿਸ ਤਰੀਕੇ ਦੇ ਨਾਲ ਅਸੀਂ ਫਰਾਈਜ਼ ਬਣਾਈ ਦੇ ਆ ਨਾ, ਉੱਦਾਂ ਹੀ ਇਹਨਾਂ ਨੂੰ ਜਿਹੜਾ ਨਾ ਆਲੂਆਂ ਨੂੰ ਵੀ ਫਰਾਈ ਕਰਨਾ ਆ, ਅਤੇ ਇਹਨੂੰ ਕ੍ਰਿਸਪੀ ਨਹੀਂ ਕਰਨਾ ਇਹਨਾਂ ਨੂੰ। ਜਿਤਨੀ ਦੇਰ ਤੱਕ ਸਾਡੇ ਆਲੂ ਫਰਾਈ ਹੁੰਦੇ ਆ, ਅਤੇ ਮੈਂ ਇਹਦੀ ਜਿਹੜੀ ਨਾ ਟੋਪਿੰਗ ਉਹ ਤਿਆਰ ਕਰ ਲੈਂਦੀ ਹਾਂ। ਬਾਊਲ ਲੈ ਕੇ ਅਤੇ ਉਹਦੇ ਵਿੱਚ ਮੈਂ 2 ਚਮਚ ਜਿਹੜੇ ਆ ਨਾ ਮੈਦੇ ਦੇ ਐਡ ਕੀਤੇ ਆ, ਔਰ 2 ਚਮਚ ਇਹਦੇ ਵਿੱਚ ਮੈਂ ਕੋਰਨਫਲੋਰ ਐਡ ਕੀਤਾ ਆ। ਕੋਰਨਫਲੋਰ ਔਰ ਮੈਦਾ ਮਿਕਸ ਕਰਕੇ ਅਗਰ ਅਸੀਂ ਇਸ ਤਰੀਕੇ ਦੇ ਨਾਲ ਫਰਾਈਜ਼ ਦੇ ਉੱਤੇ ਲਗਾਉਂਦੇ ਹਾਂ ਜਾਂ ਕਿਸੇ ਵੀ ਚੀਜ਼ ਦੇ ਉੱਤੇ ਲਗਾਉਂਦੇ ਹਾਂ, ਤਾਂ ਬੜਾ ਹੀ ਜਿਹੜਾ ਨਾ ਕ੍ਰਿਸਪੀ ਉਹਦਾ ਟੇਸਟ ਆਉਂਦਾ ਹੈ, ਅਤੇ ਬੜੇ ਹੀ ਕ੍ਰਿਸਪੀ ਬਣਦੇ ਆ। ਅਤੇ ਇਹਦੇ ਵਿੱਚ ਮੈਂ ਹਾਫ ਟੀ ਸਪੂਨ ਰੈੱਡ ਮਿਰਚ ਪਾਊਡਰ, ਹਾਫ ਟੀ ਸਪੂਨ ਇਹਦੇ ਵਿੱਚ ਜਿਹੜਾ ਨਾ ਮੈਂ ਨਮਕ ਡਾਲਿਆ ਆ, ਔਰ ਹਾਫ ਟੀ ਸਪੂਨ ਇਹਦੇ ਵਿੱਚ ਮੈਂ ਅਜਵੈਣ ਡਾਲੀ ਆ, ਨਾਲ ਇਹਦੇ ਵਿੱਚ ਪੈਪਰੀਕਾ ਪਾਊਡਰ, ਅਤੇ ਉਹ ਵੀ ਤਕਰੀਬਨ ਹਾਫ ਟੀ ਸਪੂਨ ਹੀ ਮੈਂ ਇਹਦੇ ਵਿੱਚ ਐਡ ਕੀਤਾ ਆ, ਅਤੇ ਨਾਲ ਓਰੀਗੈਨੋ ਆ, ਉਹ ਵੀ ਮੈਂ ਹਲਕੇ ਜਿਹੇ ਬਿਲਕੁਲ ਡਾਲੇ ਆ, ਜ਼ਿਆਦਾ ਨਹੀਂ ਡਾਲਿਆ ਹੈ, ਅਤੇ ਕਿਉਂਕਿ ਬੱਚਿਆਂ ਨੇ ਖਾਣੇ ਆ, ਔਰ ਬੱਚੇ ਜਿਹੜੇ ਨੇ ਇਤਨੀ ਸਪਾਈਸੀ ਚੀਜ਼ਾਂ ਨਹੀਂ ਖਾ ਸਕਦੇ, ਇਸ ਲਈ ਮੈਂ ਬੱਚਿਆਂ ਲਈ ਬਣਾ ਰਹੀ ਸੀਗੀ, ਅਤੇ ਮੈਂ ਨਮਕ ਮਿਰਚਾਂ ਥੋੜ੍ਹੀਆਂ ਕਮ ਹੀ ਰੱਖੀਆਂ ਆ। ਅਤੇ ਅਗਰ ਤੁਸੀਂ ਜ਼ਿਆਦਾ ਡਾਲਣਾ ਚਾਹੁੰਦੇ ਹੋ, ਤੁਹਾਡੇ ਬੱਚੇ ਜ਼ਿਆਦਾ ਸਪਾਈਸੀ ਪਸੰਦ ਕਰਦੇ, ਕਿ ਤੁਸੀਂ ਥੋੜ੍ਹੀ ਜਿਹੀ ਜਿਹੜੀਆਂ ਮਿਰਚਾਂ ਬਲੈਕ ਮਿਰਚਾਂ, ਅਤੇ ਉਹ ਵੀ ਇਹਦੇ ਵਿੱਚ ਡਾਲ ਸਕਦੇ ਹਾਂ ਬਲੈਕ ਪੇਪਰ। ਅਤੇ ਮੈਂ ਇਹਦੇ ਵਿੱਚ ਰੈੱਡ ਮਿਰਚ ਥੋੜ੍ਹੀ ਜਿਹੀ ਜਿਹੜੀ ਨਾ ਹਾਫ ਟੀ ਸਪੂਨ ਡਾਲੀ ਆ, ਅਤੇ ਜਿਸ ਦੀ ਦੇਰ ਤੱਕ ਮਸਾਲਾ ਤਿਆਰ ਹੋਇਆ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹਾਂ ਕਿ ਫਰਾਈਜ਼ ਜਿਹੜੇ ਆ ਨਾ ਸਾਡੇ ਅਤੇ ਆਲੂ ਉਹ ਤਕਰੀਬਨ ਫਰਾਈ ਹੋ ਗਏ ਆ, ਅਤੇ ਇਹਨੂੰ ਹੁਣ ਮੈਂ ਨਿਕਾਲ ਲੂੰ। ਜਿਹੜਾ ਨਾ ਮੈਂ ਬਿਲਕੁਲ ਹੀ ਕ੍ਰਿਸਪੀ ਨਹੀਂ ਕੀਤਾ ਹੈਗਾ ਇਹਨਾਂ ਨੂੰ, ਬਸ ਫਰਾਈ ਹੀ ਕੀਤਾ ਆ, ਜਦੋਂ ਇਹ ਗਲ ਗਏ ਆਲੂ, ਅਤੇ ਫਿਰ ਇਹਨਾਂ ਨੂੰ ਮੈਂ ਨਿਕਾਲ ਲਿਆ। ਨਿਕਾਲ ਕੇ ਅਤੇ ਇਹਨਾਂ ਨੂੰ ਮੈਂ ਬਰਾਊਨ ਨਹੀਂ ਕੀਤਾ, ਅਤੇ ਇਹਨਾਂ ਨੂੰ ਮੈਂ ਨਿਕਾਲ ਕੇ, ਅਤੇ ਹੁਣ ਥੋੜ੍ਹੀ ਦੇਰ ਮੈਂ ਰੂਮ ਟੈਂਪਰੇਚਰ 'ਤੇ ਰੱਖਿਆ ਹੈ, ਅਤੇ ਥੋੜ੍ਹੇ ਜਦੋਂ ਜ਼ਰਾ ਇਹ ਠੰਡੇ ਹੋ ਗਏ, ਅਤੇ ਫਿਰ ਇਹਨਾਂ ਨੂੰ ਮੈਂ ਜਿਹੜਾ ਨਾ ਆਹ ਮਟੀਰੀਅਲ ਬਣਾਇਆ ਸੀਗਾ ਬੇਸਣ ਦਾ, ਅਤੇ ਉਹਦੇ ਵਿੱਚ ਇਹਨੂੰ ਡਿਪ ਕਰਕੇ ਇਹਨਾਂ ਨੂੰ, ਅਤੇ ਫਿਰ ਇਹਨਾਂ ਨੂੰ ਜਿਹੜਾ ਨਾ ਮੈਂ ਫਰਾਈ ਕਰਨਾ, ਅਤੇ ਇੱਕ ਇੱਕ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਡਿਪ ਕਰੀ ਜਾਣਾ, ਔਰ ਚਮਚ ਦੇ ਨਾਲ ਤੁਸੀਂ ਨਾ ਜਿਹੜਾ ਆਇਲ ਆ ਅਤੇ ਉਹਦੇ ਵਿੱਚ ਇਹਨੂੰ ਡਾਲੀ ਜਾਣਾ। ਆਇਲ ਮੈਂ ਪਹਿਲੇ ਹੀ ਗਰਮ ਕਰਕੇ ਰੱਖਿਆ ਹੋਇਆ ਸੀਗਾ, ਇਹਨੂੰ ਮੈਂ ਜਿਹੜਾ ਨਾ ਤੇਜ਼ ਫਲੇਮ ਦੇ ਉੱਤੇ ਗਰਮ ਕਰਕੇ, ਅਤੇ ਫਿਰ ਫਲੇਮ ਮੈਂ ਜਿਹੜੀ ਹਲਕੀ ਕਰ ਦਿੱਤੀ ਸੀ ਕਰਕੇ, ਅਤੇ ਇਹਨਾਂ ਨੂੰ ਅਸੀਂ ਪਕਾ ਲਾਂਗੇ। ਪਕਾ ਕੇ ਇਹਨਾਂ ਨੂੰ ਅੱਛੀ ਤਰ੍ਹਾਂ ਫਰਾਈ ਕਰਨਾ ਆ, ਅਤੇ ਉੱਪਰੋਂ ਇਹਨਾਂ ਦਾ ਕਲਰ ਜਿਹੜਾ ਨਾ ਬਰਾਊਨ ਆਉਣਾ ਚਾਹੀਦਾ ਆ, ਅਤੇ ਚਮਚ ਦੇ ਨਾਲ ਇਹਨੂੰ ਮਿਕਸ ਇਹਨਾਂ ਨੂੰ ਹਿਲਾਉਂਦੇ ਰਹਿਣਾ, ਕਿਉਂਕਿ ਨੀਚੇ ਨਾ ਲੱਗਣ। ਅਗਰ ਸਾਡੀ ਜਿਹੜੀ ਆ ਨਾ ਸ਼ੁਰੂ ਦੇ ਵਿੱਚ ਫਲੇਮ ਹਲਕੀ ਹੋਈ, ਅਤੇ ਇਹ ਮੈਦਾ ਜਿਹੜਾ ਨਾ ਨੀਚੇ ਪੈਂਦੇ ਦੇ ਨਾਲ ਚਿਪਕ ਜਾਣਾ ਆ, ਅਤੇ ਫਰਾਈ ਸਾਡੇ ਜਿਹੜੇ ਆ ਨਾ ਕ੍ਰਿਸਪੀ ਬਾਈਟਸ ਉਹ ਖਰਾਬ ਹੋ ਜਾਣੀਆਂ ਆ ਲੁੱਕ ਉਹਨਾਂ ਦੀ, ਅਤੇ ਇਸ ਲਈ ਥੋੜ੍ਹੀ ਜਿਹੜਾ ਨਾ ਮੈਂ ਤੇਜ਼ ਆ ਕੇ, ਅਤੇ ਫਿਰ ਇਹਦੇ ਵਿੱਚ ਐਡ ਕੀਤਾ ਸੀ, ਅਤੇ ਫਿਰ ਤੁਸੀਂ ਫਲੇਮ ਜਿਹੜੀ ਆ ਨਾ ਥੋੜ੍ਹੀ ਹਲਕੀ ਕਰ ਸਕਦੇ ਆ, ਇਹਨੂੰ ਜ਼ਿਆਦਾ ਪਕਾਉਣ ਦੀ ਫਿਰ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਆਲੂ ਤਾਂ ਪਹਿਲੇ ਹੀ ਵਿੱਚੋਂ ਗਲੇ ਹੋਏ ਆ, ਅਤੇ ਉੱਪਰੋਂ ਜਦੋਂ ਇਸ ਤਰੀਕੇ ਦੇ ਨਾਲ ਬਰਾਊਨ ਕਲਰ ਆ ਜਾਵੇ ਲਾਈਟ ਬਰਾਊਨ, ਅਤੇ ਤੁਸੀਂ ਇਹਨੂੰ ਜਿਹੜਾ ਨਾ
ਨਿਕਾਲ ਲੈਣਾ ਆ ਤੇ ਬਿਲਕੁਲ ਇਹਨੂੰ ਜ਼ਿਆਦਾ ਬਰਾਊਨ ਨਹੀਂ ਕਰਨਾ, ਕਿਉਂਕਿ ਅਗਰ ਅਸੀਂ ਜ਼ਿਆਦਾ ਬਰਾਊਨ ਕਰਾਂਗੇ ਤਾਂ ਫਿਰ ਚਿੱਲੇ ਦੀ ਲੁੱਕ ਆਉਣ ਲੱਗ ਜਾਂਦੀ ਹੈ, ਉਹ ਟੇਸਟ ਵੀ ਬੱਚੇ ਜਿਹੜੇ ਆ ਨਾ ਉਹ ਪਸੰਦ ਨਹੀਂ ਕਰਦੇ, ਖਾਂਦੇ ਨਹੀਂ ਹੈਗੇ, ਅਤੇ ਇਸ ਤੋਂ ਹਲਕਾ ਜਿਹਾ ਬਰਾਊਨ ਕਰਨਾ ਆ। ਕੋਸ਼ਿਸ਼ ਅਸੀਂ ਜਿਹੜੇ ਨੂੰ ਕੱਢਦੇ ਹਾਂ ਬਾਹਰ, ਅਤੇ ਫਿਰ ਕਲਰ ਜਿਹੜਾ ਨਾ ਥੋੜ੍ਹਾ, ਵੈਸੇ ਵੀ ਇਹਨਾਂ ਦਾ ਫਰਾਈਜ਼ ਵਗੈਰਾ ਦਾ, ਪਕੌੜਿਆਂ ਦਾ, ਜਾਂ ਅਸੀਂ ਵੀ ਕੋਈ ਵੀ ਚੀਜ਼ ਬਣਾ ਰਹੇ ਹਾਂ ਤਾਂ ਉਹਦਾ ਕਲਰ ਥੋੜ੍ਹਾ ਚੇਂਜ ਹੋ ਜਾਂਦਾ ਆ। ਅਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਆਏ ਆ ਉਹ ਮੇਰੇ ਚੈਨਲ 'ਤੇ ਇਹਨੂੰ ਸਬਸਕ੍ਰਾਈਬ ਵੀ ਕਰ ਲੈਣ ਮੇਰੇ ਚੈਨਲ ਨੂੰ, ਅਤੇ ਬੈਲ ਆਈਕਾਨ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਔਰ ਜਿਹੜਾ ਨਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ, ਅਗਰ ਪਸੰਦ ਆਈ ਤਾਂ ਉਹਨੂੰ ਲਾਈਕ ਵੀ ਕਰ ਦੇਣਾ ਔਰ ਬਾਕੀ ਭੈਣਾਂ ਦੇ ਨਾਲ ਜਿਹੜਾ ਇਹਨੂੰ ਸ਼ੇਅਰ ਵੀ ਕਰਨਾ। ਔਰ ਤੁਹਾਨੂੰ ਜਿਹੜਾ ਨਾ ਹੁਣ ਮੈਂ ਡਿਸ਼ ਆਊਟ ਕਰਕੇ ਦਿਖਾਉਂਦੀ ਹਾਂ ਕਿ ਬੜਾ ਹੀ ਅੱਛਾ ਇਹਨਾਂ ਦਾ ਕਲਰ ਆਇਆ ਹੈ, ਬੜੀ ਟੇਸਟੀ ਔਰ ਮਜ਼ੇ ਦੇ ਬਣੇ ਸੀ। ਅਤੇ ਇੱਕ ਤੁਹਾਨੂੰ ਜਿਹੜਾ ਮੈਂ ਖੋਲ ਕੇ ਦਿਖਾਉਂਦੀ ਹਾਂ ਕਿ ਵਿੱਚੋਂ ਵੀ ਜਿਹੜੇ ਨਾ ਸਾਰੇ ਆਲੂ ਅੰਦਰ ਤੱਕ ਗਲੇ ਹੋਏ ਆ, ਬੜੇ ਟੇਸਟੀ ਔਰ ਮਜ਼ੇ ਦੀ ਜਿਹੜੀ ਕ੍ਰਿਸਪੀ ਬਾਈਟ ਬਣੀ ਹੈ। ਅਤੇ ਉਮੀਦ ਕਰਦੀ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਊਗੀ, ਅਤੇ ਨਾਲ ਮੈਨੂੰ ਤਾਂ ਹੁਣ ਇਜਾਜ਼ਤ। ਇਨਸ਼ਾਅੱਲਾ ਤਾਲਾ ਮੈਂ ਆਪਣੀ ਨੈਕਸਟ ਵੀਡੀਓ ਦੇ ਨਾਲ ਜਲਦੀ ਤੁਹਾਡੀ ਖਿਦਮਤ 'ਚ ਹਾਜ਼ਰ ਹੋਊਂਗੀ। ਦੁਆਵਾਂ 'ਚ ਮੈਨੂੰ ਯਾਦ ਰੱਖਿਓ। ਮੇਰੇ ਲੋ ਹੁਣ ਅੱਲਾ ਹਾਫਿਜ਼।